ਸਹਿਰ ਮਲੇਕੋਲਾ ਦੀ ਬੁਨਿਆਦ ਰੱਖਣ ਵਾਲੇ ਬਾਬਾ ਹੈਦਰ ਸ਼ੇਖ ਦੇ ਨਾਮ ਨਾਲ ਜਾਣੇ ਜਾਂਦੇ ਹਜ਼ਰਤ ਸ਼ੇਖ ਸਦਰ ਉਦਦੀਨ ਇੱਕ ਨੇਕ ਪੁਰਸ਼ ਸੂਫੀ ਅਤੇ ਦਰਵੇਸ਼ ਬਜ਼ੁਰਗ ਸਨ। ਇਹਨਾਂ ਦੇ ਪਿਤਾ ਦਾ ਨਾਮ ਸ਼ੇਖ ਅਹਿਮਦ ਜਿੰਦਾ ਪੀਰ ਤੇ ਦਾਦਾ ਦਾ ਨਾਮ ਸ਼ੇਖ ਅਲੀ ਸਾਹਿਬ ਵਾਸੀ, ਜਿਨ੍ਹਾਂ ਦਾ ਸਿਲਸਿਲਾ ਅੱਲਾ ਦੇ ਨਬੀ ਹਜ਼ਰਤ ਯਾਕੂਬ ਦੇ ਲੜਕੇ ਯਹੂਦਾ ਨਾਲ ਮਿਲਦਾ ਹੈ। ਹਜ਼ਰਤ ਸ਼ੇਖ ਨੇ ਕੁਝ ਹੋਰ ਆਲਮਾਂ ਅਤੇ ਵਿਦਵਾਨਾਂ ਕੋਲੋਂ ਵੀ ਇਸਲਾਮ ਧਰਮ ਬਾਰੇ ਡੂੰਘਾ ਅਧਿਐਨ ਕੀਤਾ। ਤਾਲਿਮ ਪੂਰੀ ਕਰਨ ਮਗਰੋਂ ਉਹਨਾਂ ਨੇ ਆਪਣੇ ਉਸਤਾਦਾਂ ਦੀ ਹਦਾਇਤ 'ਤੇ ਅਫਗਾਨਿਸਤਾਨ ਨੂੰ ਹਮੇਸ਼ਾ ਲਈ ਛੱਡ ਕੇ 1999 ਈਸਵੀ ਨੂੰ ਸਤਲੁਜ ਪਾਰ ਪੁਮਸੀ ਨਾਮ ਦੇ ਇਲਾਕੇ ਵਿੱਚ ਡੇਰਾ ਲਾ ਲਿਆ। ਉਹ ਇੱਕ ਕੁੱਲੀ ਬਣਾ ਕੇ ਰਹਿਣ ਲੱਗੇ ਅਤੇ ਰੱਬ ਦੀ ਇਬਾਦਤ ਵਿੱਚ ਲੀਨ ਹੋ ਗਏ। ਦਿਨ ਪ੍ਰਤੀ ਦਿਨ ਉਹਨਾਂ ਦੀ ਰੂਹਾਨੀਅਤ ਦੀ ਪ੍ਰਸਿੱਧੀ ਪੂਰੇ ਇਲਾਕੇ ਵਿੱਚ ਫੈਲ ਗਈ। ਸ਼ੇਖ ਸਾਹਿਬ ਦੀ ਪ੍ਰਸਿੱਧੀ ਸੁਣ ਕੇ ਦੂਰੋਂ ਦੂਰੋਂ ਲੋਕ ਉਹਨਾਂ ਦੇ ਦਰਸ਼ਨਾਂ 'ਤੇ ਉਹਨਾਂ ਦੇ ਧਾਰਮਿਕ ਗਿਆਨ ਹਾਸਲ ਕਰਨ ਲਈ ਆਉਣ ਲੱਗੇ। ਬਹਿਲੋਲ ਲੋਧੀ ਨੇ ਹਿੰਦੁਸਤਾਨ 'ਤੇ ਆਪਣਾ ਰਾਜ ਖੋਈ ਬੈਠਾ ਸੀ, ਦੁਬਾਰਾ ਰਾਜ ਕਰਨ ਲਈ ਭਟਕਦਾ ਫਿਰਦਾ ਸੀ। ਬਾਬਾ ਹਜ਼ਰਤ ਸ਼ੇਖ ਦੀ ਸ਼ੋਹਰਤ ਸੁਣ ਕੇ ਉਹਨਾਂ ਨੂੰ ਮਿਲਣ ਚੱਲ ਪਿਆ। ਰਾਜ ਦਾ ਸਮਾਂ ਸੀ। ਬਹਿਲੋਲ ਲੋਧੀ ਨੇ ਉਸ ਵੇਲੇ ਮੁਲਾਕਾਤ ਕਰਨੀ ਠੀਕ ਨਾ ਸਮਝੀ। ਉਸ ਨੂੰ ਬਾਬਾ ਹਜ਼ਰਤ ਸ਼ੇਖ ਦੀ ਕੁੱਲੀ ਤੋਂ ਕੁਝ ਦੂਰੀ 'ਤੇ ਆਪਣੇ ਟੈਂਟ ਲਗਾ ਲਏ। ਅਚਾਨਕ ਰਾਤ ਸਮੇਂ ਬਹੁਤ ਜ਼ਿਆਦਾ ਤੂਫਾਨ ਆਇਆ ਅਤੇ ਬਹਿਲੋਲ ਲੋਧੀ ਦੇ ਟੈਂਟ ਉੱਖੜ ਗਏ। ਬਹਿਲੋਲ ਲੋਧੀ ਨੂੰ ਦੇਖ ਕੇ ਬੜੀ ਹੈਰਾਨੀ ਹੋਈ, ਜਦਕਿ ਹਜ਼ਰਤ ਸ਼ੇਖ ਦੀ ਕੁੱਲੀ ਪੂਰੀ ਤਰ੍ਹਾਂ ਸੁਰੱਖਿਅਤ ਸੀ। ਉਹਨਾਂ ਦੇ ਅੰਦਰ ਜਗ ਰਹੇ ਦੀਵੇ ਦੀ ਰੋਸ਼ਨੀ ਨੂੰ ਤੇਜ਼ ਹਵਾ ਬੁਝਾ ਨਹੀਂ ਸਕੀ। ਇਸ ਘਟਨਾ ਕਾਰਨ ਬਾਦਸ਼ਾਹ ਦੇ ਮਨ ਵਿੱਚ ਹਜ਼ਰਤ ਸ਼ੇਖ ਪ੍ਰਤੀ ਸਤਿਕਾਰ ਹੋਰ ਵੀ ਵੱਧ ਗਿਆ ਅਤੇ ਅਗਲੇ ਹੀ ਦਿਨ ਉਹ ਬਾਬਾ ਜੀ ਦੀ ਖਿਦਮਤ ਵਿੱਚ ਹਾਜ਼ਰ ਹੋਇਆ ਅਤੇ ਬੜੇ ਹੀ ਨਿਮਰਤਾ ਨਾਲ ਆਪਣੇ ਬਾਰੇ ਦੱਸਿਆ। ਕਿਹਾ ਕਿ ਉਹ ਉਸ ਦੀ ਸਫਲਤਾ ਬਾਰੇ ਦੁਆ ਕਰਨ। ਹਜ਼ਰਤ ਸ਼ੇਖ ਨੇ ਬਹਿਲੋਲ ਲੋਧੀ ਦੇ ਹੱਕ ਵਿੱਚ ਕਾਮਯਾਬੀ ਦੀ ਦੁਆ ਕੀਤੀ। ਆਖਰ ਉਸ ਨੂੰ ਜਿੱਤ ਨਸੀਬ ਹੋਈ। ਬਾਦਸ਼ਾਹ ਦੇ ਦਿਲ ਵਿੱਚ ਬਾਬਾ ਪ੍ਰਤੀ ਸਤਿਕਾਰ ਹੋਰ ਵੀ ਵੱਧ ਗਿਆ। ਉਸ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਸਾਦਰੇ ਜਹਾਂ ਦੇ ਖਿਤਾਬ ਨਾਲ ਨਵਾਜਿਆ। ਇਹ ਖਿਤਾਬ ਦਿੱਲੀ ਦਰਬਾਰ ਵਿੱਚ ਨਿਆਂ ਦੇ ਸਭ ਤੋਂ ਵੱਡੇ ਅਧਿਕਾਰੀ ਨੂੰ ਦਿੱਤਾ ਜਾਂਦਾ ਸੀ ਅਤੇ ਬਾਦਸ਼ਾਹ ਨੇ ਆਪਣੀ ਬੇਟੀ ਦਾ ਵਿਆਹ ਬਾਬਾ ਜੀ ਦੇ ਨਾਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਬਾਬਾ ਜੀ ਦੀ ਪੁੱਤਰੀ ਹਫੀਜ਼ਾ ਬੇਗਮ ਨੇ 1471 ਈਸਵੀ ਨੂੰ ਜਨਮ ਲਿਆ, ਜਿਸ ਨੂੰ ਲੋਕ ਬੀਬੀ ਮਾਂਗੋ ਦੇ ਨਾਮ ਨਾਲ ਜਾਣਦੇ ਹਨ ਅਤੇ 3 ਸਾਲ ਬਾਅਦ ਸ਼ੇਖ ਹਸਨ ਦਾ ਜਨਮ ਹੋਇਆ। 1476 ਈਸਵੀ ਵਿੱਚ ਸ਼ੇਖ ਈਸਾ ਖਾਨ ਨਾਮ ਦੇ ਲੜਕੇ ਅਤੇ 1478 ਈਸਵੀ ਵਿੱਚ ਇੱਕ ਹੋਰ ਲੜਕੇ ਸ਼ੇਖ ਮੂਸਾ ਖਾਨ ਨੇ ਜਨਮ ਲਿਆ। ਅੱਗੇ ਚੱਲ ਕੇ ਉਹਨਾਂ ਦੇ ਵੰਸ਼ ਵਿੱਚੋਂ ਬਾਯਜ਼ਦ ਅਲੀ ਨੇ ਕੋਟਲਾਬਾਦ ਕੀਤਾ।